15 ਅਗਸਤ ਦੇ ਮੱਦੇਨਜ਼ਰ ਪੂਰੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਪੁਲਿਸ ਦੇ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ। ਇਸੇ ਦੇ ਚੱਲਦੇ ਅੱਜ ਐਸ ਪੀ ਸਿਟੀ ਸਰਫਰਾਜ਼ ਆਲਮ ਦੀ ਅਗਵਾਈ ਦੇ ਵਿੱਚ ਪਟਿਆਲਾ ਦੇ ਵਿੱਚ ਹਰ ਚੌਂਕ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ। ਮੈਂ ਸਭ ਤੋਂ ਭੀੜ ਭੜਕੇ ਵਾਲਾ ਜਿਹੜਾ ਚੌਂਕ ਹੈ ਥਾਪਰ ਕਾਲਜ ਦਾ ਚੌਂਕ ਹੈ, ਤੁਹਾਨੂੰ ਦਿਖਾ ਦਈਏ ਕਿ ਇੱਥੇ ਐਸ ਪੀ ਸਿਟੀ ਸਰਫਰਾਜ਼ ਆਲਮ ਦੀ ਅਗਵਾਈ ਦੇ ਵਿੱਚ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ। ਜਿਹੜੀ ਵੀ ਕੋਈ ਗੱਡੀ ਸ਼ੱਕੀ ਲੱਗਦੀ ਹੈ ਉਸ ਦੀ ਰੋਕ ਕੇ ਤਲਾਸ਼ੀ ਲਈ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਇਹਨੂੰ ਅੱਗੇ ਜਾਣ ਦਿੱਤਾ ਜਾ ਰਿਹਾ। ਜੇਕਰ ਕੋਈ ਸ਼ੱਕੀ ਨਜ਼ਰ ਆਉਂਦਾ ਤਾਂ ਉਸਨੂੰ ਵੀ ਪੁੱਛਗਿੱਛ ਦੇ ਲਈ ਰੋਕਿਆ ਜਾਂਦਾ। ਤੁਸੀਂ ਦੇਖੋ ਕਿ ਸਿਵਲ ਲਾਈਨ ਥਾਣੇ ਦੇ ਜਿਹੜੇ ਐਸ ਐਚ ਓ ਨੇ, ਉਹਨਾਂ ਦੀ ਪੂਰੀ ਜਿਹੜੀ ਟੀਮ ਹੈ ਸਿਵਲ ਲਾਈਨ ਥਾਣੇ ਦੇ ਪੁਲਿਸ ਮੁਲਾਜ਼ਮ ਨੇ, ਉਹਨਾਂ ਦੇ ਵੱਲੋਂ ਇਕੱਲੀ ਇਕੱਲੀ ਗੱਡੀ ਦੀ ਤਲਾਸ਼ੀ ਲਈ ਜਾ ਰਹੀ ਹੈ। ਅਤੇ ਦੂਜੇ ਪਾਸੇ ਐਸ ਪੀ ਸਿਟੀ ਸਰਫਰਾਜ਼ ਆਲਮ ਸਾਡੇ ਨਾਲ ਮੌਜੂਦ ਨੇ। ਆਲਮ ਸਾਹਿਬ ਨਾਲ ਗੱਲ ਕਰ ਲੈਂਦੇ ਹਾਂ। ਸਰ ਇੱਧਰ ਆ ਜਾਓ। ਹਾਂਜੀ, ਦੇਖੋ ਮਾਨਯੋਗ ਡੀ ਆਈ ਜੀ ਪਟਿਆਲਾ ਰੇਂਜ ਅਤੇ ਐਸ ਐਸ ਪੀ ਪਟਿਆਲਾ ਦੀ ਦਿਸ਼ਾ ਨਿਰਦੇਸ਼ਾਂ ਹੇਠ 15 ਅਗਸਤ ਨੂੰ ਧਿਆਨ 'ਚ ਰੱਖਦੇ ਹੋਏ ਇੱਕ ਵਿਜੀਬਲ ਪੁਲਿਸਿੰਗ ਕੀਤੀ ਜਾ ਰਹੀ ਹੈ। ਅੱਜ ਮਾਨਯੋਗ ਸਪੈਸ਼ਲ ਡੀ ਜੀ ਪੀ ਜਤਿੰਦਰ ਜੈਨ ਸਾਹਿਬ ਵੱਲੋਂ ਵੀ ਆ ਕੇ ਸਾਰੇ ਅਫਸਰ ਨੂੰ ਬਰੀਫ ਕੀਤਾ ਗਿਆ ਕਿ 15 ਅਗਸਤ ਨੂੰ ਧਿਆਨ 'ਚ ਰੱਖਦੇ ਹੋਏ ਇੱਕ ਪ੍ਰੋਪਰ ਵਿਜੀਬਲ ਪੁਲਿਸਿੰਗ ਕੀਤਾ ਜਾਵੇ ਅਤੇ ਨਾਲ ਦੇ ਨਾਲ ਪਬਲਿਕ ਦੇ ਵਿਚਕਾਰ ਕੌਨਫੀਡੈਂਸ ਨੂੰ ਬਿਲਡ ਕੀਤਾ ਜਾਵੇ। ਇਸ ਕਰਕੇ ਅੱਜ ਤੁਸੀਂ ਦੇਖੋਗੇ ਸ਼ਹਿਰ 'ਚ 21 ਥਾਵਾਂ 'ਤੇ ਸਟਰੋਂਗ ਨਾਕੇਬੰਦੀ ਕੀਤੀ ਜਾ ਗਈ ਹੈ। ਪਟਿਆਲਾ ਪੁਲਿਸ ਦੇ ਲਗਭਗ 300 ਮੁਲਾਜ਼ਮ ਔਨ ਗਰਾਊਂਡ ਹੈਗੇ ਨੇ। ਇਸ ਤੋਂ ਇਲਾਵਾ ਰਾਤ ਨੂੰ ਨਾਈਟ ਪੈਟਰੋਲਿੰਗ ਦਾ ਵੀ ਪਲਾਨ ਕੀਤਾ ਗਿਆ ਹੈ। ਰਾਤ 11 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਆਪਣੀ ਪੈਟਰੋਲਿੰਗ ਟੀਮ ਹੈ ਵੱਖ ਵੱਖ ਥਾਵਾਂ ਨੂੰ ਕਵਰ ਕਰੇਗੇ। ਇਸ ਤੋਂ ਇਲਾਵਾ ਜਿਹੜੀ ਪੀ ਸੀ ਆਰ ਮੋਟਰਸਾਈਕਲ ਹੈ ਕਿ ਆ ਹਾਈਟੈਕ ਗੱਡੀਆਂ ਹੈ ਉਹ ਵੀ ਵਿਜੀਬਲ ਰਹਿਣਗੇ। ਅਪਾਰਟ ਫਰੋਮ ਡੈਟ ਕੱਲ੍ਹ ਤੋਂ ਹੀ ਅਰਲੀ ਮਾਰਨਿੰਗ ਤੋਂ ਪ੍ਰੋਪਰ ਰੋਸਟਰ ਮੁਤਾਬਿਕ ਘੰਟੇ ਬਾਏ ਘੰਟੇ ਪੂਰੇ ਸ਼ਹਿਰ 'ਚ ਪ੍ਰੋਪਰ ਚੈਕਿੰਗ ਹੋਣੀ ਹੈ, ਭਾਵੇਂ ਉਹ ਹੋਟਲ ਹੋ, ਪੀ ਜੀ ਹੋਸਟਲ ਹੋ, ਧਰਮਸ਼ਾਲਾ ਹੋ, ਬੱਸ ਸਟੈਂਡ ਹੋ, ਰੇਲਵੇ ਸਟੇਸ਼ਨ ਹੋ, ਉੱਥੇ ਅਚਨਚੇਤ ਚੈਕਿੰਗ ਹੋਣੀ ਹੈ। ਇਸ ਕਰਕੇ ਤੁਸੀਂ ਇਹ ਦੇਖੋਗੇ ਵਿਜੀਬਲ ਪੁਲਿਸਿੰਗ ਦੇ ਥਰੂ ਅਸੀਂ ਪਬਲਿਕ ਦੇ ਵਿਚਕਾਰ ਇੱਕ ਕੌਨਫੀਡੈਂਸ ਬਿਲਡ ਕਰਨਾ ਚਾਹੁੰਦੇ ਹਾਂ ਕਿ ਪਟਿਆਲਾ ਪੁਲਿਸ ਉਹਨਾਂ ਦੀ ਰਾਖੀ ਵਾਸਤੇ ਹੈ ਔਰ 15 ਅਗਸਤ ਨੂੰ ਧਿਆਨ 'ਚ ਰੱਖਦੇ ਹੋਏ ਪਟਿਆਲਾ ਪੁਲਿਸ ਕੰਪਲੀਟਲੀ ਪ੍ਰਿਪੇਅਰਡ ਹੈਗੇ ਨੇ। ਅਸੀਂ ਪੀਸਫੁਲ ਮਾਹੌਲ ਬਣਾ ਕੇ ਰੱਖਾਂਗੇ। ਸਰ ਕੀ ਲੱਗਦਾ ਹੈ ਜਿਸ ਤਰ੍ਹਾਂ ਚੱਪੇ ਚੱਪੇ ਦੇ ਉੱਪਰ ਗੱਲ ਕੀਤੀ ਗਈ ਸੀ ਕਿ ਕੈਮਰੇ ਲੱਗੇ ਹੋਏ ਨੇ ਜਿਹੜੇ ਆਊਟਰ ਏਰੀਆ ਨੇ, ਚਾਹੇ ਬਾਰਡਰ ਹੋਵੇ, ਜੁਲਕਾ ਦਾ ਰੋਡ ਹੋਵੇ, ਜਾਂ ਉੱਥੇ ਵੀ ਸੀ ਸੀ ਟੀ ਵੀ ਕੈਮਰੇ ਲੱਗੇ ਨੇ, ਕੀ ਲੱਗਦਾ ਜਿਹੜੀ ਇਹ ਚੈਕਿੰਗ ਹੋ ਰਹੀ ਹੈ ਇਹਦੇ ਵਿੱਚ ਵੀ ਕੋਈ ਐਸੀ ਐਪਸ ਨੇ ਅਤੇ ਆਧੁਨਿਕ ਜਿਹਦੇ ਨਾਲ ਕਿਸੇ ਵੀ ਵਿਅਕਤੀ ਜੇ ਸ਼ੱਕੀ ਨਜ਼ਰ ਆਉਂਦਾ ਉਹਦੀ ਫੌਰਨ ਜਾਂਚ ਕਰਕੇ ਕਾਰਵਾਈ ਅਮਲ 'ਚ ਲਿਆਂਦੀ ਜਾ ਸਕਦੀ ਹੈ? ਦੇਖੋ ਇੱਕ ਹੁੰਦਾ ਹੈ ਕਿ ਟੈਕਨੀਕਲ ਤਰੀਕੇ ਨਾਲ ਵਿਜੀਲੈਂਸ ਕਰਨਾ, ਸਹੀ ਹੈ ਸਰਵੇਲੈਂਸ ਕਰਨਾ। ਦੂਜਾ ਤਰੀਕਾ ਹੁੰਦਾ ਵਿਜੀਬਲ ਪੁਲਿਸਿੰਗ, ਜਿਹੜਾ ਵਿਜੀਬਲ ਪੁਲਿਸਿੰਗ ਕਾਫੀ ਐਕਟਿਵ ਇਫੈਕਟਿਵ ਹੁੰਦਾ ਹੈ। ਇਹ ਇੱਕ ਇਮੀਡੀਏਟ ਮੈਸੇਜ ਪਾਸ ਔਨ ਕਰਦਾ ਪਬਲਿਕ ਨੂੰ ਕਿ ਪੁਲਿਸ ਮੌਜੂਦ ਹੈ, ਇਲਾਕੇ 'ਚ ਮੌਜੂਦ ਹੈ, ਤਾਂ ਪਬਲਿਕ ਦੇ ਵਿਚਕਾਰ ਵੀ ਕੌਨਫੀਡੈਂਸ ਬਿਲਡ ਹੁੰਦਾ ਹੈ। ਇਸ ਕਰਕੇ ਅਪਾਰਟ ਫਰੋਮ ਜਿਹੜਾ ਸੀ ਸੀ ਟੀ ਵੀ ਕੈਮਰਾ ਹੈ ਉਸ ਰਾਹੀਂ ਤਾਂ ਅਸੀਂ ਸਰਵੇਲੈਂਸ ਕਰਦੇ ਹੀ ਕਰਦੇ ਹਾਂ, ਲੇਕਿਨ ਵਿਜੀਬਲ ਪੁਲਿਸਿੰਗ ਰਾਹੀਂ ਇਹ ਅਸੀਂ ਜਿਹੜੇ ਮਾਰੇ ਅਨਸਰ ਬੰਦੇ ਹੈ ਉਹਨਾਂ ਨੂੰ ਸਖ਼ਤ ਵਾਰਨਿੰਗ ਦਿੰਦੇ ਹਾਂ ਕਿ ਹਾਂ ਜੀ ਦੇਖੋ ਪਟਿਆਲਾ ਪੁਲਿਸ ਉਹਨਾਂ ਨੂੰ ਬਖਸ਼ੇਗੀ ਬਿਲਕੁਲ ਨਹੀਂ। ਬਿਲਕੁਲ, ਐਸ ਪੀ ਸਿਟੀ ਸਰਫਰਾਜ਼ ਆਲਮ ਨੇ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਪੂਰੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਅਤੇ ਪਟਿਆਲਾ ਸ਼ਹਿਰ ਦੇ ਵਿੱਚ 21 ਜਗ੍ਹਾ ਦੇ ਉੱਪਰ ਜਿਹੜੀ ਨਾਕੇਬੰਦੀ ਕੀਤੀ ਗਈ ਹੈ। ਪਿੱਛੇ ਜਿੰਨੀਆਂ ਵੀ ਵਾਹਨ ਆ ਰਹੇ ਨੇ ਤੁਸੀਂ ਦੇਖੋ ਕਿ ਜਿਹੜੇ ਐਸ ਐਚ ਓ ਨੇ ਅਤੇ ਉਹਦੀ ਜਿਹੜੀ ਪੂਰੀ ਟੀਮ ਹੈ ਉਹਨਾਂ ਦੇ ਵੱਲੋਂ ਇਕੱਲੀ ਇਕੱਲੀ ਗੱਡੀ ਨੂੰ ਰੋਕ ਕੇ ਚੈੱਕ ਕੀਤਾ ਜਾ ਰਿਹਾ, ਡਿੱਗੀ ਚੈੱਕ ਕੀਤੀ ਜਾ ਰਹੀ ਹੈ ਅਤੇ ਡਿੱਗੀ ਵਗੈਰਾ ਖੋਲ੍ਹ ਕੇ ਖੁਦ ਜਿਹੜੇ ਪੁਲਿਸ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਚੈੱਕ ਕੀਤੀ ਜਾ ਰਹੀ ਹੈ, ਪੁੱਛਗਿੱਛ ਕੀਤੀ ਜਾ ਰਹੀ ਹੈ। ਖੁਦ ਜਿਹੜੇ ਇੰਸਪੈਕਟਰ ਨੇ ਸਿਵਲ ਲਾਈਨ ਥਾਣੇ ਦੇ ਉਹਨਾਂ ਦੇ ਵੱਲੋਂ ਹਰ ਤਰ੍ਹਾਂ ਦੇ ਜਿਹੜੇ ਵਾਹਨ ਨੇ ਉਹਦੀ ਚੈਕਿੰਗ ਕੀਤੀ ਜਾ ਰਹੀ ਹੈ ਕਿ ਤਾਂ ਕਿ ਕੋਈ ਵੀ ਮਾੜਾ ਅਨਸਰ, ਬੇਸ਼ੱਕ ਸ਼ਹਿਰੀਆਂ ਦੀਆਂ ਗੱਡੀਆਂ ਦੀ ਤਲਾਸ਼ੀ ਲਿੱਤੀ ਜਾ ਰਹੀ ਹੈ, ਪਰ ਫਿਰ ਵੀ ਕੋਈ ਮਾੜਾ ਅਨਸਰ ਸ਼ਹਿਰ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਕਿਸੇ ਵੀ ਮਾੜੀ ਘਟਨਾ ਨੂੰ ਅੰਜਾਮ ਨਾ ਦੇਵੇ, ਇਸ ਨੂੰ ਲੈ ਕੇ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ।